ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਿਸਟਰ ਏਲੀਵਨ ਦੇਖ ਰਹੇ ਹੋ ਦੋਸਤੋ ਮੈਂ ਹਰਵਰਨ ਸਿੰਘ ਪੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਦੇ ਮੌਸਮ ਦੀ ਹਾਲ ਬਣੀ ਲੰਘੇ ਕੱਲ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲੀ ਹੈ ਤੇ ਰਾਤ ਦੇ ਵੇਲੇ ਠੰਡ ਵੱਧ ਰਹੀ ਹੈ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਰਹਿਣਾ ਕਿਸੇ ਤਰ੍ਹਾਂ ਦੀ ਵੀ ਕੋਈ ਮੌਸਮ ਦੇ ਵਿੱਚ ਗੜਬੜੀ ਦੀ ਸੰਭਾਵਨਾ ਨਹੀਂ ਹੈ ਸੋ ਬਾਕੀ ਵਕਤ ਦੱਸੂਗਾ ਬਣਦਾ ਕੀ ਹੈ ਇਸ ਮਾਮਲੇ ਦੇ ਉੱਤੇ ਢੇਰ ਵੱਡੇ ਵੱਡੇ ਆ ਪਰ阿里 ਨੂੰ ਅੱਗ ਲਗਾਤਾਰ ਲੱਗ ਰਹੀ ਹੈ ਇੱਕ ਦੂਜੇ ਦੇ ਉੱਤੇ ਕਸੂਰ ਮੜੇ ਜਾ ਰਹੇ ਦੋਸ਼ ਮੜੇ ਜਾ ਰਹੇ ਆ ਦੇਖਦੇ ਬੰਦਾ ਕੀ ਆ ਪਰ ਭਾਈ ਇਹ ਆ ਜੀ ਕਿ ਹੁਣ ਠੰਡ ਲਗਾਤਾਰ ਉਤਰ ਰਹੀ ਹੈ ਤੇ ਹੁਣ ਉਤਰਨੀ ਬਾਜ ਵੀ ਆ ਤੇ ਕੁਦਰਤੀ ਵੀ ਆ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈ ਕਿ ਜੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਈਡੀ ਦੇ ਦਫ਼ਤਰ ਦੇ ਵਿੱਚ ਨਾ ਜਾਣ ਨਾਲ ਸੰਬੰਧਿਤ ਇਸ ਮਾਮਲੇ ਦੇ ਉੱਤੇ ਵਿਕ੍ਰਮ ਸਿੰਘ ਮਜੀਠੀਆ ਤੇ ਵਿਰੋਧੀ ਇਹ ਗੱਲ ਕਹ ਲੈ ਵੀ ਹੁਣ ਜਾਂਦੇ ਕਿਉਂ ਨਹੀਂ ਪਰ ਆਮ ਆਦਮੀ ਪਾਰਟੀ ਆ ਗੱਲ ਕਹ ਨਹੀਂ ਕਿ ਤੱਕਾ ਕੀਤਾ ਜਾ ਰਿਹਾ ਏਡੀ ਦੇ ਕੋਲੇ ਜਾਣ ਦੀ ਥਾਂ ਦੇ ਉੱਤੇ ਲੰਘੇ ਕੱਲ ਅਰਵਿੰਦ ਕੇਜਰੀਵਾਲ ਸਾਹਿਬ ਮੱਧ ਪ੍ਰਦੇਸ਼ ਦੀਆਂ ਚੋਣਾਂ ਦੇ ਪ੍ਰਚਾਰ ਵਾਸਤੇ ਪਹੁੰਚੇ। ਇਸ ਤੋਂ ਪਹਿਲਾਂ ਆਪਾਂ ਜਾਣਦੇ ਜੇ ਕਿ ਜਿਹੜੇ ਮਾਮਲੇ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਗਿਆ ਜਾਂ ਬੁਲਾਇਆ ਜਾ ਰਿਹਾ। ਇਸੇ ਮਾਮਲੇ ਦੇ ਵਿੱਚ ਮਨੀਸ਼ ਸੋਧਿਆ ਅਤੇ ਸੰਜੇ ਸਿੰਘ ਦੇ ਉੱਤੇ ਵੀ ਕਿਥੇ ਕਾਰਵਾਈ ਹੋਈ ਹੈ। ਦੇਖਦੇ ਹਾਂ ਉਹਦੇ ਸਮੇਂ ਦੇ ਵਿੱਚ ਕੇਜਰੀਵਾਲ ਸਾਹਿਬ ਦੇ ਉੱਤੇ ਕੀ ਕਾਰਵਾਈ ਹੁੰਦੀ ਆ ਜਾਂ ਕੋਈ ਕਾਰਵਾਈ ਵੀ ਨਹੀਂ ਹੁੰਦੀ। ਉਹ ਆਪਣੇ ਤਰਕ ਦੇ ਨਾਲ ਕੀ ਕੀ ਉਤਰ ਪੇਸ਼ ਕਰਦੇ ਉਹਨਾਂ ਦੇ ਉਤਰ ਕਿੰਨੇ ਤੇ ਤਰਕ ਭਰਪੂਰ ਹੁੰਦੇ ਸਮੇਂ ਨੇ ਬਿਆਨ ਕਰਨਾ ਪਰ ਇੱਕ ਜਾਣਕਾਰੀ ਇਸ ਖਬਰ ਤੋਂ ਪਹਿਲਾਂ ਹੋਰ ਜਿਹੜੀ ਵੱੜਦੀ ਹੈ ਕਿ ਭਾਰਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਤਮਾਸ਼ੀ ਬੀਨੀ ਕਿਵੇਂ ਕਰਦੇ ਆ ਦਿੱਲੀ ਦੇ ਇੱਕ ਖੇਤਰ ਦੇ ਵਿੱਚ ਇੱਕ ਨੌਜਵਾਨ ਮੋਟਰਸਾਈਕਲ ਤੇ ਜਾ ਰਿਹਾ ਉਸ ਨੌਜਵਾਨ ਦਾ ਐਕਸੀਡੈਂਟ ਹੋ ਜਾਂਦਾ ਟੱਕਰ ਹੋ ਜਾਂਦੀ ਉਹਦੀ ਉਹ ਨੌਜਵਾਨ ਸੜਕ ਦੇ ਉੱਤੇ ਡਿੱਗਿਆ ਪਿਆ ਸਿਰ ਦੇ ਵਿੱਚੋਂ ਮੂੰਹ ਦੇ ਵਿੱਚੋਂ ਖੂਨ ਨਿਕਲ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਹੋਏ ਤੇ ਫੋਟੋਆਂ ਖਿੱਚ ਰਹੇ ਆ ਕਿਸੇ ਨੇ ਉਹਨੂੰ ਵੇਲੇ ਸਿਰ ਚੱਕਿਆ ਨਹੀਂ ਅੱਧੇ ਪੌਣੇ ਘੰਟੇ ਬਾਅਦ ਉਹਨੂੰ ਡਾਕਟਰੀ ਸਹਾਇਤਾ ਮਿਲਦੀ ਹੈ ਕੁਝ ਕੁ ਲੋਕ ਉਹਨੂੰ ਚੁੱਕਦੇ ਆ ਹਸਪਤਾਲ ਤੱਕ ਪਹੁੰਚਣ ਦਾ ਪ੍ਰਬੰਧ ਕਰਦੇ ਆ ਪਰ 90 ਫੀਸਦੀ ਤੋਂ ਵੱਧ ਲੋਕ ਜਿਹੜੇ ਕਿ ਉੱਥੇ ਭੀੜ ਭੜਕਾ ਪੈਦਾ ਕਰਕੇ ਖੜ੍ਹ ਗਏ ਉਹਨਾਂ ਨੇ ਉਹਦਾ ਹਾਲ ਚਾਲ ਨਹੀਂ ਪੁੱਛਿਆ ਉਹਨਾਂ ਨੇ ਉਹਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਇੱਥੇ ਐਂਬੂਲੈਂਸ ਬੁਲਾ ਲਈਏ ਸਭ ਦੇ ਲਈ ਇਹ ਤਮਾਸ਼ਾ ਸੀ ਕਿ ਭਾਈ ਬੰਦਾ ਡਿੱਗਿਆ ਪਿਆ ਸਿਰ ਦੇ ਵਿੱਚੋਂ ਖੂਨ ਨਿਕਲ ਰਿਹਾ ਬੰਦਾ ਇਸ ਵੇਲੇ ਔਖੀ ਸਥਿਤੀ ਦੇ ਵਿੱਚ ਹੈ ਤੇ ਪਤਾ ਇਹ ਲੱਗਾ ਕਿ ਭਾਈ ਉੱਥੇ ਲੋਕਾਂ ਨੇ ਫੋਟੋਆਂ ਬੜੀਆਂ ਖਿੱਚੀਆਂ ਫਿਰ ਉਸ ਨੌਜਵਾਨ ਨੂੰ ਲੈ ਕੇ ਗਏ ਜੀ ਹਸਪਤਾਲ ਦੇ ਵਿੱਚ ਪਰ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਆੜਤ ਬਣੀ ਪਈ ਹੈ ਕਿਸੇ ਤਾਂ ਦੇ ਉੱਤੇ ਵਧੇਕੀ ਹੋਵੇ ਅਸੀਂ ਫੋਟੋਆਂ ਕਿੱਥੇ ਲੱਗ ਜੰਨੇ ਆ ਕਿਸੇ ਤਾਂ ਦੇ ਉੱਤੇ ਕੁਝ ਹੋਰ ਹੁੰਦਾ ਹੋਵੇ ਜੀ ਅਸੀਂ ਆਪ ਦਾ ਲਾਈਵ ਪ੍ਰੋਗਰਾਮ ਕਰਨ ਬਹਿ ਜੰਨੇ ਆ ਇਹਨਾਂ ਗੱਲਾਂ ਦੇ ਕਰਕੇ ਇੰਉਂ ਲੱਗਦਾ ਵੀ ਇਨਸਾਨੀਅਤ ਮਰਫੀ ਹੋ ਗਈ ਹੈ ਇਹਨਾਂ ਗੱਲਾਂ ਦੇ ਕਰਕੇ ਲੱਗਦਾ ਜੀ ਕਿ ਇਨਸਾਨੀਅਤ ਖੁਰ ਗਈ ਹੈ ਇਨਾ ਦੱਲਾ ਕਰਕੇ ਲੱਗਦਾ ਇਨਸਾਨੀਅਤ ਮੁੱਕ ਗਈ ਹੈ ਇਨਸਾਨੀਅਤ ਵੀ ਜਉਂਦੀ ਰੱਖੀਏ ਜੇਕਰ ਅਸੀਂ ਸੋਸ਼ਲ ਮੀਡੀਆ ਦੇ ਪੇਜ ਜਉਂਦੇ ਰੱਖਨੇ ਤਾਂ ਜੇ ਅਸੀਂ ਫੋਲੋਅਰ ਵਧਾ ਰਹੇ ਹਾਂ ਤਾਂ ਚੰਗੇ ਕੰਮਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਕਰੀਏ ਜੇ ਅਸੀਂ ਚਾਹੋਨੇ ਵੀ ਸਾਡੀ ਮਹਿਮਾ ਬੜੀ ਹੋਵੇ ਸਾਡੀ ਮਸ਼ਹੂਰੀ ਬੜੀ ਹੋਵੇ ਤਾਂ ਸਾਨੂੰ ਨਿੱਜੀ ਤੌਰ ਦੇ ਉੱਤੇ اخਲਾਕੀ ਤੌਰ ਦੇ ਉੱਤੇ ਚੰਗੇ ਕੰਮਾਂ ਦੇ ਵੱਲ ਵੀ ਪੈਰ ਪਟਣਾ ਚਾਹੀਦਾ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਸਾਡੇ ਭਾਰਤ ਦੇ ਕੁਝ ਕੁ ਲੋਕਾਂ ਨੂੰ ਛੱਡ ਕੇ ਵੱਡੀ ਗੰਤੀ ਦੇ ਵਿੱਚ ਲੋਕ ਹਰ ਗੱਲ ਦੇ ਉੱਤੇ ਤਮਾਸ਼ਾ ਕਿਹੜੀ ਗੱਲਾਂ ਕ੍ਰੀਏਟ ਕਰਦੇ ਆ ਤਮਾਸ਼ਾ ਕਿਹੜੀ ਗੱਲਾਂ ਬਣਾ ਕੇ ਬੈਠ ਜਾਂਦੇ ਆ ਜਿਹੜੀ ਖਬਰ ਦੀ ਗੱਲ ਕਰਨ ਲੱਗੇ ਸੀ ਅਰਵਿੰਦ ਕੇਜਰੀਵਾਲ ਗੁਰਿੰ ਲੰਗੇ ਕੱਲ ਮੱਧ ਪ੍ਰਦੇਸ਼ ਦੇ ਵਿੱਚ ਗਏ ਉਹਨਾਂ ਨੇ ਈਡੀ ਨੂੰ ਅੱਗੋਂ ਸਵਾਲ ਕੀਤਾ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਅੱਗੋਂ ਸਵਾਲ ਕੀਤਾ ਕਿ ਪਹਿਲਾਂ ਇਹ ਦੱਸੋ ਜੀ ਕਿ ਮੈਂ ਦਵਾਹ ਹਾਂ ਜਾਂ ਮਲਜ਼ਮ ਹਾਂ ਮੈਨੂੰ ਬੁਲਾਇਆ ਗਿਆ ਪਰ ਮੈਂ ਨਹੀਂ ਆ ਸਕਦਾ ਕਿਉਂਕਿ ਪੰਜ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਮੈਂ ਪਾਰਟੀ ਦਾ ਕੰਵਿਨਰ ਆ ਮੱਧ ਪ੍ਰਦੇਸ਼ ਦੇ ਵਿੱਚ ਵੀ ਚੋਣਾਂ ਇਸ ਕਰਕੇ ਭਾਈ ਮੈਂ ਪ੍ਰਚਾਰ ਦੇ ਲਈ ਜਾਣਾ ਮਣ ਦੇਖਦੇ ਆਉਦੇ ਸਮੇਂ ਦੇ ਵਿੱਚ ਕਦੋਂ ਈਡੀ ਦੇ ਵੱਲੋਂ ਕੇਜਰੀਵਾਲ ਸਾਹਿਬ ਨੂੰ ਫੇਰ ਬੁਲਾਇਆ ਜਾਂਦਾ ਹੈ ਕੇਜਰੀਵਾਲ ਸਾਹਿਬ ਇਸ ਮਾਮਲੇ ਦੇ ਵਿੱਚ ਕੀ ਕਸੂਰਵਾਰ ਪਾਏ ਜਾਂਦੇ ਆ ਕੇਜਰੀਵਾਲ ਸਾਹਿਬ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਜਾਂ ਉਹ ਬੇਕਸੂਰ ਨਿਕਲਦੇ ਆ ਕੇਜਰੀਵਾਲ ਸਾਹਿਬ ਦੇ ਤਰਕਾਂ ਦੇ ਨਾਲ ਸੰਬੰਧਤ ਜਿਹੜੀਆਂ ਗੱਲਾਂ ਨੇ ਉਹਨਾਂ ਤੋਂ ਈਡੀ ਦੇ ਅਧਿਕਾਰੀ ਸੰਤੁਸ਼ਟ ਹੁੰਦੇ ਜਾਂ ਨਹੀਂ ਹੁੰਦੇ ਇਹ ਸਾਰਾ ਕੁਝ ਸਮੇਂ ਨੇ ਵਿਆਰ ਕਰ ਦੇਣਾ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾਦਾਂ ਜਾਂ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਸ਼ਰਾਬ ਨੀਤੀ ਘਟਾਲੇ ਦੇ ਵਿੱਚ ਪੁੱਛਗਛ ਦੇ ਲਈ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਕੀਤਾ ਈਡੀ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਪੁੱਛਗਛ ਵਾਸਤੇ ਭੇਜਿਆ ਗਿਆ ਨੋਟਿਸ ਗੈਰ ਕਾਨੂੰਨੀ ਤੇ ਰਾਜਨੀਤੀ ਤੋਂ ਪ੍ਰੇਰਿਤ ਹੈ ਉਹਨਾਂ ਨੇ ਕਿਹਾ ਕਿ ਇਹ ਨੋਟਿਸ ਭਾਜਪਾ ਦੇ ਕਹਿਣ ਤੇ ਭੇਜਿਆ ਗਿਆ ਇਸ ਲਈ ਵੀ ਭੇਜਿਆ ਗਿਆ ਤਾਂ ਜੋ ਮੈਂ ਵਕ ਵਕ ਸੂਬਿਆਂ ਦੇ ਵਿੱਚ ਟੂਰਨ ਪ੍ਰਚਾਰ ਦੇ ਵਿੱਚ ਨਾ ਜਾਵਾਂ ਇਸ ਨੋਟਿਸ ਨੂੰ ਤੁਰੰਤ ਵਾਪਸ ਲਿਆ ਜਾਵੇ ਹਾਲਾਂਕਿ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਇਸ ਦਾ ਕਾਰਨ ਇਹ ਆ ਕਿ ਉਹ ਮਧ ਪ੍ਰਦੇਸ਼ ਦੇ ਵਿੱਚ ਚੋਣ ਪ੍ਰਚਾਰ ਲਈ ਰਵਾਨਾ ਹੋ ਗਏ ਇੱਥੇ ਵੀ ਦੱਸਣਾ ਬਣਦਾ ਹੈ ਕਿ ਭਾਰਤ ਦੇ ਵਿੱਚ ਵਕ ਵਕ ਸੂਬਿਆਂ ਦੇ ਵਿੱਚ ਪੰਜ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੱਗੀਆਂ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਆਪਣੇ ਉਮੀਦਵਾਰ ਖੜੇ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਦਾਵਾ ਪੇਸ਼ ਕੀਤਾ ਜਾ ਰਿਹਾ ਹੈ ਕਿ ਦੋ ਸੂਬਿਆਂ ਤੋਂ ਬਾਅਦ ਉਹਨਾਂ ਦੇ ਵੱਲੋਂ ਤੀਜੇ ਸੂਬੇ ਤੇ ਚੌਥੇ ਸੂਬੇ ਦੇ ਵਿੱਚ ਵੀ ਸਰਕਾਰ ਬਣਾਈ ਜਾਵੇਗੀ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਦਾ ਇਹ ਕਹਿਣਾ ਕਿ ਰਾਜਸਥਾਨ ਦੇ ਵਿੱਚ ਛੱਤੀਸਗੜ ਦੇ ਵਿੱਚ ਤੇ ਮਧ ਪ੍ਰਦੇਸ਼ ਦੇ ਵਿੱਚ ਆਮ ਆਰਮੀ ਪਾਰਟੀ ਦੀ ਸਥਿਤੀ ਬਹੁਤ ਮਜ਼ਬੂਤ ਹੈ ਕੇਜਰੀਵਾਲ ਨੇ ਇਹ ਵੀ ਗੱਲ ਕਹੀ ਹੈ ਕਿ ਜਿਸ ਦਿਨ ਈਡੀ ਦੇ ਵੱਲੋਂ ਇਹ ਸਬਮਣ ਜਾਰੀ ਕੀਤਾ ਗਿਆ ਉਸ ਦਿਨ ਭਾਜਪਾ ਨੇਤਾਵਾਂ ਨੇ ਬਿਆਨ ਦੇਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਰਾ ਅਕਸ ਖਰਾਬ ਕਰਨ ਦੇ ਲਈ 30 ਅਕਤੂਬਰ ਦੀ ਸ਼ਾਮ ਨੂੰ ਭਾਜਪਾ ਨੇਤਾਵਾਂ ਨੂੰ ਈਡੀ ਦੇ ਸਬਮਣ ਲਈ ਕਿਤੇ ਗਏ ਉਹਨਾਂ ਨੇ ਕਿਹਾ ਕਿ 30 ਅਕਤੂਬਰ ਨੂੰ ਦੁਪਹਿਰ ਨੂੰ ਮਨੋਜ ਤਿਵਾੜੀ ਨੇ ਸੰਸਦ ਵਿੱਚ ਬਿਆਨ ਦਿੱਤਾ ਸੀ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦਿੱਲੀ ਦੇ ਮੁੱਖ ਮੰਤਰੀ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਮੈਂ ਦਿੱਲੀ ਦਾ ਮੁੱਖ ਮੰਤਰੀ ਹਾਂ ਤੇ ਆਮ ਆਦਮੀ ਪਾਰਟੀ ਦਾ ਕਨਵੀਨਰ ਪੰਜ ਸੂਬਿਆਂ ਵਿੱਚ ਟੂਣਾ ਨੇ ਮੈਂ ਸਟਾਰ ਪ੍ਰਚਾਰਕ ਹਾਂ ਇਹਨਾਂ ਸੂਬਿਆਂ ਦੀ ਯਾਤਰਾ ਕਰਨੀ ਹੈ ਤੇ ਆਪਣੇ ਵਰਕਰਾਂ ਨੂੰ ਰਾਜਨੀਤਿਕ ਮਾਰਗਦਰਸ਼ਨ ਦੇਣਾ ਹੈ ਮੇਰੇ ਕੋਲ ਅਧਿਕਾਰਤ ਪ੍ਰਸ਼ਾਸਨਿਕ ਤੇ ਅਧਿਕਾਰਤ ਜ਼ਿੰਮੇਵਾਰੀਆਂ ਨੇ ਜੋ ਆਉਣ ਵਾਲੀ ਦੀਵਾਲੀ ਦੌਰਾਨ ਵੀ ਮੇਰੀ ਮੌਜੂਦਗੀ ਦੀ ਲੋੜ ਹੈ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਫਰਵਰੀ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਸਿਸੋਧਿਆ ਦੀ ਗ੍ਰਿਫਤਾਰੀ ਤੋਂ ਇਲਾਵਾ ਈਡੀ ਨੇ ਹਾਲ ਹੀ ਦੇ ਵਿੱਚ ਤ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਦਿੱਲੀ ਸ਼ਰਾਬ ਘਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਤੇ ਈਡੀ ਹੌਲੀ ਹੌਲੀ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਦਿੱਲੀ ਦੇ ਕੈਬਨਿਟ ਮੰਤਰੀ ਰਾਜਕੁਮਾਰ ਅਨੰਦ ਦੇ ਘਰ ਵੀ ਛਾਪਾ ਮਾਰਿਆ ਤੇ ਇਸ ਤੋਂ ਇਲਾਵਾ ਆਪ ਨੂੰ ਇਸ ਗੱਲ ਦਾ ਵੀ ਡਰ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਕਈ ਪ੍ਰਮੁੱਖ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਾਰਟੀ ਨੇ ਇਸ ਗ੍ਰਿਫਤਾਰੀ ਨੂੰ ਲੈ ਕੇ ਸਦਾ ਪਾਜ ਪਾਉ ਤੇ ਨਿਛਾ ਨਬ ਨੇ ਆਪ ਨੇ ਤਾਂ ਰਗ ਚੜਾ ਨਿਕਿਆ ਭਾਜਪਾ ਵਿਰੋਧੀ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ ਕੇਜਰੀਵਾਲ ਇਸ ਕੜੀ ਵਿੱਚ ਗ੍ਰਿਫਤਾਰ ਕੀਤੇ ਜਾਣ ਵਾਲੇ ਪਹਿਲੇ ਨੇਤਾ ਨਹੀਂ ਹੋਣਗੇ ਉਸ ਨੇ ਪੁੱਛਗਿੱਛ ਦੇ ਲਈ ਪੀੜੀ ਅੱਗੇ ਜਾਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਦੇ ਡਰ ਬਾਰੇ ਗੱਲ ਕੀਤੀ ਸੀ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਰਾਜਨੀਤੀ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੋਈ ਵੀ ਮੋੜ ਸਾਹਮਣੇ ਆ ਸਕਦਾ ਹੁਣ ਤੱਕ ਤਾਂ ਇਸ ਗੱਲ ਦੀ ਜੰਗ ਚੱਲਦੀ ਰਹੀ ਕਿ ਆਮ ਆਰਮੀ ਪਾਰਟੀ ਆਪਣੇ ਪੈਰਾਂ 'ਸਰ ਖੜੀ ਹੈ ਜਾਂ ਆਮ ਆदमी ਪਾਰਟੀ ਨੂੰ ਭਾਜਪਾ ਨੇ ਖੜੇ ਕੀਤਾ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੇ ਖੜੇ ਕੀਤਾ ਭਾਜਪਾ ਦੇ ਨੇਤਾ ਕਹਿੰਦੇ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਕਾਂਗਰਸ ਹੀ ਕਹਿੰਦੇ ਜੀ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ ਤੇ ਬੀਜਪੀ ਇਹ ਗੱਲ ਕਹਿ ਦਿੰਦੀ ਜੀ ਕਿ ਸਾਡੀ ਕੋਈ ਵੀ ਟੀਮ ਨਹੀਂ ਸਾਡੇ ਲਈ ਤਾਂ ਸਾਰੇ ਇੱਕ ਸਮਾਨ ਹੈਗੇ ਆ ਸਾਡੇ ਲਈ ਮੁਕਾਬਲੇਬਾਜ਼ਾ ਅਸੀਂ ਤਾਂ ਲੋਕਾਂ ਦੇ ਵਿੱਚ ਸਿਰ ਤੇ ਸਿਰਫ ਆਪਦੇ ਕੰਮ ਦੇ ਕਰਕੇ ਪ੍ਰਮਾਨ ਚੜੇ ਆ ਤੇ ਅੱਗੇ ਤੋਂ ਅੱਗੇ ਵਧ ਰਹੇ ਆ ਆਮ ਆਰਮੀ ਪਾਰਟੀ ਇਹ ਗੱਲ ਕਹਿ ਦਿੰਦੀ ਅਸੀਂ ਬਦਲਾ ਲੈ ਕੇ ਆਏ ਆ ਕਾਂਗਰਸੀ ਇਹ ਗੱਲ ਕਹਿ ਦਿੰਦੀ ਜੀ ਕਿ ਸੱਤਾਧਾਰੀ ਜਿਹੜੀ ਕੇਂਦਰ ਦੀ ਹੈ ਤੇ ਦਿੱਲੀ ਦੇ ਵਿੱਚ ਜਿਹੜੀ ਸੱਤਾਧਾਰੀ ਤੇਰਾ ਇਹਨਾਂ ਦੇ ਵੱਲੋਂ ਇਸ ਵੇਲੇ ਭਾਰਤ ਨੂੰ ਤੇ ਦਿੱਲੀ ਨੂੰ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਖੋਖਲਾ ਕਰ ਦਿੱਤਾ ਗਿਆ ਸੋ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਆਪੋ ਆਪਣੇ ਤੌਰ ਤਰੀਕੇ ਆ ਸੋਚਣ ਦੇ ਸਮਝਣ ਦੇ ਤੇ ਪੇਸ਼ਕਾਰੀ ਕਰਨ ਦੇ ਪਰ ਇਹ ਗੱਲ ਬਹੁਤ ਵੱਡੀ ਸਵਾਲਾਂ ਦੇ ਰੂਪ ਦੇ ਵਿੱਚ ਹੈ ਜਿੱਥੇ ਚਾਰ ਬੰਦੇ ਬੈਠਦੇ ਉੱਤੇ ਚਰਚਾ ਛਿੜਦੀ ਹੈ ਕਿ ਕੀ ਸੱਚੀ ਮੁੱਚੀ ਕਥਿਤ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਉੱਤੇ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਕੀ ਜਿਸ ਤਰੀਕੇ ਨਾਲ ਮਨੀਸ਼ ਸਸੋਧੀਆਂ ਨੂੰ ਹੱਥ ਪਾਇਆ ਗਿਆ ਉਹ ਉਸ ਤਰੀਕੇ ਨਾਲ ਕੇਜਰੀਵਾਲ ਨੂੰ ਹੱਥ ਪਾਉਣ ਦੀ ਤਿਆਰੀ ਹੈ ਜਿਵੇਂ ਕਿ ਸੰਜੇ ਸਿੰਘ ਨੂੰ ਫੜਿਆ ਗਿਆ ਅਗਲਾ ਨੰਬਰ ਕੇਜਰੀਵਾਲ ਦਾ ਜੇਕਰ ਕੇਜਰੀਵਾਲ ਦਾ ਨੰਬਰ ਲੱਗ ਜਾਂਦਾ ਜੇਕਰ ਤਾਂ ਫਿਰ ਉਸ ਤੋਂ ਬਾਅਦ ਪਾਰਟੀ ਦਾ ਕਨਵੀਨਰ ਕੌਣ ਹੋਊਗਾ ਉਸ ਤੋਂ ਬਾਅਦ ਪਾਰਟੀ ਦੀਆਂ ਜ਼ਿੰਮੇਵਾਰੀਆਂ ਵੱਡੇ ਪੱਧਰ ਦੇ ਉੱਤੇ ਕੌਣ ਸੰਭਾਲੂਗਾ ਇਹ ਲੋਕਾਂ ਦੇ ਮਨਾਂ ਵਿੱਚ ਆਪ ਮੁਹਾਰੇ ਸਵਾਲ ਚੱਲਦੇ ਆ ਤੇ ਕੀ ਇਸ ਗੱਲ ਦੀ ਖਬਰ ਕਦੇ ਆ ਸਕਦੀ ਹੈ ਕਿ ਭਾਈ ਕੇਜਰੀਵਾਲ ਸਾਹਿਬ ਦੇ ਉੱਤੇ ਕਾਰਵਾਈ ਦੀ ਅਰੰਭਤਾ ਕਰ ਦਿੱਤੀ ਗਈ ਹੈ ਕੇਜਰੀਵਾਲ ਖੁਦ ਨੇ ਅੱਗੋਂ ਈਡੀ ਨੂੰ ਸਵਾਲ ਕੀਤਾ ਹੁਣ ਈਡੀ ਨੇ ਉੱਤਰ ਨਹੀਂ ਦੇਣਾ ਇਹ ਗੱਲ ਪੱਕੀ ਹੈਗੀ ਹੈ ਈਡੀ ਦੇ ਵੱਲੋਂ ਅਗਲਾ ਸਮਨ ਕਰੋ ਦੀ ਤਰੀਕ ਤੱਕ ਭੇਜਿਆ ਜਾਂਦਾ ਇਹ ਸਮੇਂ ਨੇ ਬਿਆਨ ਕਰਨਾ ਪਰ ਇੱਕ ਗੱਲ ਪੱਕੀ ਹੈ ਕਿ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿਸੇ ਤੀਜੇ ਸੂਬੇ ਦੇ ਵਿੱਚ ਹਾਲੇ ਤੱਕ ਕੱਲ ਦਾ ਕੁਝ ਕਹਿ ਨਹੀਂ ਸਕਦੇ ਹਾਲੇ ਤੱਕ ਆਮ ਆदमी ਪਾਰਟੀ ਦੀ ਓਨੀ ਤੂਤੀ ਨਹੀਂ ਬੋਲਦੀ ਜਿੰਨੀ ਕਿ ਕਈ ਵਾਰ ਪੇਸ਼ਕਾਰੀ ਕੀਤੀ ਜਾਂਦੀ ਹੈ ਮੇਰੇ ਕੁਝ ਇੱਕ ਦੋਸਤ ਰਾਜਸਥਾਨ ਦੇ ਵਿੱਚ ਨੇ ਉਹਨਾਂ ਦਾ ਇਹ ਕਹਿਣਾ ਜੀ ਕਿ ਆਮ ਆदमी ਪਾਰਟੀ ਦੇ ਵੱਲੋਂ ਪ੍ਰਚਾਰ ਦੀ ਤਾਂ ਕੋਸ਼ਿਸ਼ ਕਾਫੀ ਕੀਤੀ ਗਈ ਹੈ ਪਰ ਉਸ ਪੱਤਰ ਨੇ ਉੱਤੇ ਗੱਲ ਨਹੀਂ ਹੈ ਜਿਹੜੇ ਪੱਤਰ ਦੀ ਹੁਣ ਤੱਕ ਅਸੀਂ ਸੋਚਦੇ ਰਹੇ ਹਾਂ ਹੋਰ ਵੀ ਕਈ ਸੂਬਿਆਂ ਦੇ ਬਾਰੇ ਗੱਲਾਂ ਆਉਂਦੀਆਂ ਸੋ ਮੁਕਾਬਲਾ ਜਿਹੜਾ ਮੁਖਤੌਰ ਦੇ ਉੱਤੇ ਟਕੋਣਾ ਬਣਦਾ ਬਣਦਾ ਰਹਿ ਜਾਂਦਾ ਕਈ ਸਮਾਂ ਦੇ ਉੱਤੇ ਬੀਜੇਪੀ ਤੇ ਕਾਂਗਰਸ ਦੇ ਵਿੱਚ ਹੀ ਹੈ ਕਈ ਸਮਾਂ ਦੇ ਉੱਤੇ ਪੰਜਾਬ ਸੂਬੇ ਦੇ ਵਿੱਚ ਕਿਸੇ ਖੇਤਰੀ ਪਾਰਟੀ ਦੇ ਨਾਲ ਵੀ ਮੁਕਾਬਲਾ ਹੈਗਾ ਪਰ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਇਸ ਮਾਮਲੇ ਦੇ ਵਿੱਚ ਕਸੂਰਵਾਰ ਹਨ ਜਾਂ ਨਹੀਂ ਲੋਕਾਂ ਦਾ ਇੱਕ ਹਿੱਸਾ ਇਹ ਕਹਿੰਦਾ ਕਿ ਭਾਈ ਕੇਜਰੀਵਾਲ ਸਾਹਿਬ ਦੇ ਨਾਲ ਭਾਵੇਂ ਕੋਈ 100 ਗੱਲ ਜੁੜਦੀ ਹੋਵੇ ਪਰ ਉਹ ਇਮਾਨਦਾਰੀ ਦਾ ਸਿਕਰ ਹੈ ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਇਮਾਨਦਾਰੀ ਤਾਂ ਰੱਬ ਦਾ ਨਾ ਹੀ ਆ ਬਾਕੀ ਤਾਂ ਜਿਹਨੂੰ ਜਿੱਥੇ ਮੌਕਾ ਮਿਲਦਾ ਉਹ ਉੱਥੇ ਆਪਦਾ ਕੰਮ ਕਰ ਜਾਂਦਾ ਸੋ ਸਮਾਂ ਹੀ ਦੱਸੂਗਾ ਬੰਦਾ ਕੀ ਹੈ ਪੰਜਾਬ ਦੇ ਵਿੱਚ ਇਹ ਮੁੱਦਾ ਬਹੁਤ ਵੱਡੇ ਪੱਧਰ ਤੇ ਉੱਠਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਨੂੰ ਨਾਲ ਲੈ ਕੇ ਮਧ ਪ੍ਰਦੇਸ਼ ਦੇ ਵਿੱਚ ਗਏ ਆ ਇਹ ਗੱਲ ਕਹੀ ਹੈ ਵਿਕਰਮ ਸਿੰਘ ਮਜੀਠੀਆ ਨੇ ਕਿ ਬੋਝ ਫੇਰ ਪੰਜਾਬ ਦੇ ਖਜ਼ਾਨੇ ਤੇ ਪੈ ਰਿਆ ਜੋ ਪੈਸਾ ਟਕਾ ਉਹ ਫੇਰ ਪੰਜਾਬ ਦੇ ਖਜ਼ਾਨੇ ਵਿੱਚੋਂ ਜਾਊਗਾ ਤੇ ਪੰਜਾਬ ਦਾ ਕਸੂਰ ਕੀ ਆ ਉਹਨਾਂ ਦਾ ਇਹ ਕਹਿਣਾ ਹੁਣ ਤਾਂ ਇਹ ਵੀ ਗੱਲ ਕਹੀ ਜਾ ਰਹੀ ਹੈ ਵਿਰੋਧਗਾਰ ਦੇ ਵੱਲੋਂ ਕਿ ਜਿਹੜੀ ਬਹਿਸ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਜਿਹੜੀ ਕਿ ਬਹਿਸ ਦੇ ਵਿੱਚ ਭਗਵੰਤ ਮਾਨ ਸਾਹਿਬ ਬੋਲੇ ਗਏ ਉਹ ਕਹਿੰਦੇ ਜੀ ਇਹਦੇ ਉੱਤੇ ਕਰੋੜਾਂ ਰੁਪਏ ਦਾ ਖਰਚ ਕੀਤਾ ਗਿਆ ਇਹਦੇ ਨਾਲ ਪੰਜਾਬ ਦੀ ਢੋਲੀ ਦੇ ਵਿੱਚ ਪਿਆ ਕੀ ਆ ਪੰਜਾਬ ਦੇ ਲੋਕਾਂ ਦੇ ਕੀ ਪੜ ਪੱਲੇ ਪਿਆ ਪੰਜਾਬ ਦੇ ਲੋਕਾਂ ਨੂੰ ਕਿਹੜੀ ਨਵੀਂ ਗੱਲ ਦੀ ਜਾਣਕਾਰੀ ਮਿਲੀ ਹੈ ਸੋ ਬਹੁਤ ਵੱਡੇ ਪੱਤਰ ਦੇ ਉੱਤੇ ਲੋਕਾਂ ਦੇ ਮਨ ਵਿੱਚ ਸਵਾਲ ਇਹ ਉਮੜ ਰਹੇ ਆ ਵਿਰੋਧੀ ਇੱਕ ਪਾਸੇ ਵਿਰੋਧੀਆਂ ਨੇ ਜੋ ਗੱਲਾਂ ਕਹਿਣੀਆਂ ਉਹਨੇ ਆ ਕਹੇਤਾ ਉਹਨੇ ਆ ਕਹੇਤਾ ਉਹਨੇ ਆ ਕਹੇਤਾ ਇਹ ਕੰਮ ਚੱਲਦਾ ਰਹਿੰਦਾ ਪਰ ਜੋ ਆਮ ਲੋਕ ਨੇ ਜਿਹੜੇ ਕਿ ਵੋਟਰ ਨੇ ਉਹਨਾਂ ਦੇ ਮਨਾਂ ਵਿੱਚ ਪੈਦਾ ਹੁੰਦੇ ਸਵਾਲ ਵੀ ਛੋਟੇ ਨਹੀਂ ਉਹਨਾਂ ਦੇ ਸਵਾਲ ਆਪਣੀ ਥਾਂ ਦੇ ਉੱਤੇ ਗੈਰਵਾਜਬ ਨਹੀਂ ਉਹਨਾਂ ਦੇ ਸਵਾਲ ਆਪਣੀ ਥਾਂ ਦੇ ਉੱਤੇ ਵਾਜਬ ਹੈ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਪੰਜਾਬ ਦਾ ਖਜ਼ਾਨਾ ਕੀ ਇਸੇ ਤਰੀਕੇ ਦੇ ਨਾਲ ਕਰਜ਼ੇ ਕਰਕੇ ਭਰਪੂਰ ਹੁੰਦਾ ਰਹੂਗਾ ਜਾਂ ਇਸ ਖਜ਼ਾਨੇ ਦੇ ਵਿੱਚ ਕੁਝ ਨਾ ਕੁਝ ਤਿਲ ਫੁੱਲ ਰਕਮ ਵੀ ਆਉਗੀ ਪੰਜਾਬ ਦੇ ਲੋਕਾਂ ਨੂੰ ਕਿਹੜੇ ਕਿਹੜੇ ਪੱਖਾਂ ਤੋਂ ਰਾਹਤ ਮਿਲੂਗੀ ਇਹ ਸਾਰਾ ਕੁਝ ਸਮੇਂ ਨਹੀਂ ਬਿਆਨ ਕਰਨਾ ਵਿਦਿਆਰਥਣਾ ਵਕ ਵਕ ਥਾਵਾਂ ਦੇ ਉੱਤੇ ਕਈ ਤਰ੍ਹਾਂ ਦੇ ਔਖੇ ਸੋਕੇ ਵੇਲੇ ਦੇ ਵਿੱਚੋਂ ਵੀ ਨਿਕਲਦੀਆਂ ਪਰ ਜਿਹੜੀ ਖਬਰ ਆਈ ਹੈ ਬਨਾਰਸ ਦੇ ਵੱਲੋਂ ਇਹ ਸੱਚੀ ਮੁੱਤੀ ਹੈਰਾਨ ਕਰਨ ਵਾਲੀ ਹੈ ਦੁਖਦਾਈ ਵੀ ਹੈ ਕਿਉਂਕਿ ਇੱਥੇ ਇੱਕ ਵਿਦਿਆਰਥਣ ਦੇ ਵੱਲੋਂ ਦੋਸ਼ ਲਾਏ ਗਏ ਆ ਕਿ ਮੈਂ ਆਪਣੇ ਦੋਸਤ ਦੇ ਨਾਲ ਜਾ ਰਹੀ ਸੀ ਤੇ ਗਨ ਪੁਆਇੰਟ ਦੇ ਉੱਤੇ ਬੰਦੂਕ ਦੇ ਜ਼ੋਰ ਦੇ ਉੱਤੇ ਮੇਰੇ ਕੱਪੜੇ ਉਤਰਵਾਏ ਗਏ ਆ ਮੇਰੇ ਨਾਲ ਜ਼ਿਆਰਤੀ ਕੀਤੀ ਗਈ ਹੈ ਉਸ ਤੋਂ ਬਾਅਦ ਮੈਨੂੰ ਛੱਡ ਕੇ ਉਹ ਭੱਜ ਵੀ ਗਏ ਤੇ ਫਿਰ ਉਸ ਤੋਂ ਬਾਅਦ ਜਦੋਂ ਵਿਦਿਆਰਥੀਆਂ ਨੂੰ ਪਤਾ ਲੱਗੀ ਬਾਕੀ ਵਿਦਿਆਰਥੀਆਂ ਨੂੰ ਤੇ ਬਹੁਤ ਵੱਡੇ ਪੱਦਰਾਂ ਦੇ ਉੱਤੇ ਇਸ ਹਸਪਤਾਲ ਦੇ ਕੈਂਪਸ ਦੇ ਵਿਦਿਆਰਥੀ ਜਿਹੜੇ ਉਹ ਧਰਨੇ ਤੇ ਬੈਠ ਗਏ ਆ ਪੁਲਿਸ ਇਸ ਮੌਕੇ ਦੇ ਉੱਤੇ ਪਹੁੰਚ ਗਈ ਹੈ ਸੀਸੀਟੀਵੀ ਕੈਮਰਾ ਦੀ ਰਿਪੋਰਟ ਦੇ ਵਿੱਚੋਂ ਕੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਪਰ ਰਾਜਨੀਤਿਕ ਲੋਕਾਂ ਨੇ ਆਪਣੀ ਕੜੀ ਖੋਲਣੀ ਸ਼ੁਰੂ ਕਰ ਦਿੱਤੀ ਹੈ ਕਾਂਗਰਸ ਦੇ ਵੱਲੋਂ ਭਾਜਪਾ ਦੇ ਉੱਤੇ ਭਾਜਪਾ ਦੇ ਵੱਲੋਂ ਪੰਦਰਸ ਦੇ ਉੱਤੇ ਜੋ ਸ਼ਬਦ ਕੁਵਾਰ ਕੀਤੇ ਜਾ ਰਹੇ ਆ ਉਹ ਵੀ ਹੈਰਾਨ ਕਰਨ ਵਾਲੇ ਆ ਜੋ ਕਿ ਕੁਣੀ ਨੇ ਦੋ ਜੇਕਰ ਉਹ ਸਾਰੇ ਦੇ ਸਾਰੇ ਉਵੇਂ ਦੇ ਉਵੇਂ ਸਹੀ ਹੋਣ ਤਾਂ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਵਿਦਿਆਰਥਣਾਂ ਜਿਹੜੀਆਂ ਹੋਸਟਲ ਦੇ ਵਿੱਚ ਨੇ ਜਾਂ ਜਿਹੜੀਆਂ ਵਕ ਵਕ ਕਾਲਜਾਂ ਸਕੂਲਾਂ 'ਚ ਪੜ੍ਹਦੀਆਂ ਨੇ ਜੇਕਰ ਬੰਦੂਕ ਦੇ ਜ਼ੋਰ ਨੇ ਉੱਤੇ ਬਦਮਾਸ਼ ਸਿਰਫਰੇ ਮੁਸਟੰਡੇ ਉਹਨਾਂ ਦੀ ਪੱਤ ਦੇ ਲਾਲ ਖੇਡਣਗੇ ਉਹਨਾਂ ਨੂੰ ਨਿਰਵਸਤਰ ਕਰਨਗੇ ਉਹਨਾਂ ਦੇ ਨਾਲ ਜ਼ਿਆਰਤ ਨਹੀਂ ਕਰਨਗੇ ਤੇ ਭਾਈ ਫਿਰ ਕੌਣ ਕਿੱਥੇ ਜਾਊਗਾ ਪੜ੍ਹਨ ਦੇ ਲਈ ਤੇ ਕਿਹਨੂੰ ਕਿੱਥੇ ਭੇਜਣਾ ਚਾਹੀਦਾ ਪੜ੍ਹਨ ਦੇ ਲਈ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾ ਹੈਗਾ ਹੁਣ ਦੇਖੋ ਰਾਜਨੀਤਿਕ ਲੋਕਾਂ ਨੇ 5-4 ਦਿਨ ਇਸ ਗੱਲ ਦੇ ਪੈਰ ਨਹੀਂ ਲੱਗਣ ਦੇਣੇ ਕਿਸੇ ਨੇ ਕਿਸੇ ਬਾਰੇ ਕੁਝ ਕਰਨਾ ਤਸਰਕਣਾ ਥੋੜੀ ਸਰਕਾਰ ਦੇ ਮੁਕਿਆ ਹੋ ਰਿਹਾ ਤੇ ਥੋੜੀ ਸਰਕਾਰ ਦੇ ਮੁਕਿਆ ਹੋ ਰਿਹਾ ਪਰ ਸਾਡੇ ਸਮਾਜ ਦੇ ਵਿੱਚ ਕੁੱਲ ਸਮਾਜ ਦੇ ਵਿੱਚ ਕੀ ਕੀ ਚੱਲੀ ਜਾਂਦਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ ਜਿਹਦੇ ਬਾਬਤ ਕਨੇ ਵੀ ਕਿਸੇ ਨੇ ਅਸਲ ਅਰਥਾਂ ਦੇ ਵਿੱਚ ਗੱਲ ਨਹੀਂ ਛੇੜਨੀ ਇੱਕ ਦੂਜੇ ਦੇ ਉੱਤੇ ਤੋਮਤਾ ਇੱਕ ਦੂਜੇ ਦੇ ਉੱਤੇ ਸਾੜੇ ਭਰੀਆਂ ਗੱਲਾਂ ਇਹ ਲਗਾਤਾਰ ਕੀਤੀਆਂ ਜਾਂਦੀਆਂ ਰਹੀਆਂ ਤੇ ਕੀਤੀਆਂ ਜਾ ਵੀ ਰਹੀਆਂ ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਮੇਰਵਾ ਤੇ ਫਿਰ ਕਰਾਂਗੇ ਟਿੱਪਣੀ ਆਈਆਰਟੀ ਬੀਐਚਯੂ ਦੇ ਵਿੱਚ ਬੁੱਧਵਾਰ ਦੇਰ ਰਾਤ ਇੱਕ ਵਿਦਿਆਰਥਣ ਦੇ ਨਾਲ ਛੇੜਖਾਨੀ ਹੋਈ ਤਿੰਨ ਨੌਜਵਾਨਾਂ ਨੇ ਦੋਸਤ ਦੇ ਨਾਲ ਜਾ ਰਹੀ ਲੜਕੀ ਨੂੰ ਰੋਕਿਆ ਗਨਪੁਆਇੰਟ ਦੇ ਉੱਤੇ ਕੁੜੀ ਤੇ ਮੁੰਡੇ ਨੂੰ ਅਡੱਡ ਕੀਤਾ ਫਿਰ ਜ਼ਬਰਨ ਉਸ ਦੇ ਨਾਲ ਜ਼ਿਆਰਤੀ ਕੀਤੀ ਫਿਰ ਉਸ ਨਾਲ ਜ਼ਿਆਰਤੀ ਕੀਤੀ ਤੇ ਉਸ ਦੇ ਕੱਪੜੇ ਉਤਵਾ ਦਿੱਤੇ ਇਸ ਦਾ ਵੀਡੀਓ ਬਣਾਉਣ ਲੱਗੇ ਘਟਨਾ ਦੇ ਵਿਰੋਧ ਦੇ ਵਿੱਚ ਵੀਰਵਾਰ ਨੂੰ ਹਜ਼ਾਰਾਂ ਵਿਦਿਆਰਥੀ ਸੜਕਾਂ ਦੇ ਉੱਤੇ ਆ ਗਏ ਇਹ ਘਟਨਾ ਬੀਐਚਯੂ ਕੈਂਪਸ ਦੇ ਕਰਮਨ ਬਾਬਾ ਮੰਦਿਰ ਦੇ ਕੋਲੇ 300 ਮੀਟਰ ਦੂਰ ਐਗਰੀਕਲਚਰ ਫਾਰਮ ਦੇ ਕੋਲ ਰਾਤ ਕਰੀਬ 1:30 ਵਜੇ ਦੀ ਹੈ ਤੇ ਸਵੇਰੇ ਕਰੀਬ 2500 ਦੇ ਕਰੀਬ ਵਿਦਿਆਰਥੀਆਂ ਨੇ ਰਾਜਪੂਤਾਨਾ ਹੋਸਟਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਵਿਰੋਧੀ ਹਵਾ ਪੂਰੇ ਕੈਂਪਸ ਦੇ ਵਿੱਚ ਫੈਲ ਗਈ ਦੇਖਦੇ ਹੀ ਦੇਖਦੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਵਿਰੋਧ ਦੇ ਵਿੱਚ ਸ਼ਾਮਲ ਹੋ ਗਏ ਵਿਦਿਆਰਥੀਆਂ ਨੇ ਵਿਰੋਧ ਕਰਦੇ ਹੋਏ ਕੈਂਪਸ ਨੂੰ ਬੰਦ ਕਰ ਦਿੱਤਾ ਕਲਾਸ ਤੇ ਲੈਬ ਵਿੱਚ ਰਿਸਰਚ ਦਾ ਕੰਮ ਵੀ ਬੰਦ ਹੋ ਗਿਆ ਪੂਰੇ ਕੈਂਪਸ ਦੇ ਵਿੱਚ ਇੰਟਰਨੈਟ ਸਰਵਿਸ ਬੰਦ ਕਰ ਦਿੱਤੀ ਗਈ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ 10 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਉਹ ਆਪਣੀ ਮੰਗ ਦੇ ਉੱਤੇ ਅੜੇ ਹੋਏ ਨੇ ਆਈ ਆਈਟੀ ਬੀ ਐਚ ਯੂ ਦੇ ਡਾਇਰੈਕਟਰ ਦੇ ਕਮਰੇ ਦੇ ਬਾਹਰ ਵਿਦਿਆਰਥੀ ਹਾਲੇ ਵੀ ਜਮਾ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਡੈਕਟਰ ਨੂੰ ਕਮਰੇ ਦੇ ਵਿੱਚੋਂ ਬਾਹਰ ਉਹ ਨਹੀਂ ਜਾਣ ਦੇਣਗੇ ਇਸ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਕੁਝ ਲੋਕਾਂ ਦੇ ਉੱਤੇ ਐਫਆਈਆਰ ਵੀ ਦਰਜ ਕੀਤੀ ਗਈ ਹੈ ਇਸ ਵਿਦਿਆਰਥੀ ਨੇ ਕਿਹਾ ਬੁੱਧਵਾਰ ਰਾਤ 1.5 ਵਜੇ ਦੇ ਕਰੀਬ ਮੈਂ ਆਪਣੇ ਹੋਸਟਲ ਤੋਂ ਕਿਸੇ ਜ਼ਰੂਰੀ ਕੰਮ ਦੇ ਲਈ ਬਾਹਰ ਨਿਕਲੀ ਕੈਂਪਸ ਦੇ ਗਾਂਧੀ ਸਮਰਤੀ ਚੌਰਾਹੇ ਦੇ ਕੋਲ ਮੇਰਾ ਦੋਸਤ ਮਿਲਿਆ ਅਸੀਂ ਦੋਵੇਂ ਜਾ ਰਹੇ ਸਾਂ ਕਿ ਰਸਤੇ ਦੇ ਵਿੱਚ ਕਰਮਨ ਬਾਬਾ ਮੰਦਿਰ ਤੋਂ ਤਕਰੀਬਨ 300 ਮੀਟਰ ਦੂਰ ਪਿੱਛੋਂ ਇੱਕ ਬੁਲਟ ਮੋਟਰਸਾਈਕਲ ਆਇਆ ਉਰੇ ਉੱਤੇ ਤਿੰਨ ਮੁੰਡੇ ਸਵਾਰ ਸਨ ਉਹਨਾਂ ਨੇ ਬਾਈਕ ਖੜੀ ਕਰਕੇ ਮੈਨੂੰ ਤੇ ਮੇਰੇ ਦੋਸਤ ਨੂੰ ਰੋਕ ਲਿਆ ਇਸ ਤੋਂ ਬਾਅਦ ਗਨ ਪੁਆਇੰਟ ਦੇ ਉੱਤੇ ਸਾਨੂੰ ਅਡਡ ਕੀਤਾ ਮੇਰਾ ਮੂੰਹ ਦਬਾ ਕੇ ਬਿਲਕੁਲ ਕੋਨੇ ਵਿੱਚ ਲੈ ਗਏ ਪਹਿਲਾਂ ਮੇਰੇ ਨਾਲ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਫਿਰ ਗਨ ਪੁਆਇੰਟ ਦੇ ਉੱਤੇ ਮੇਰੇ ਕੱਪੜੇ ਉਤਰਵਾਏ ਮੇਰੇਆਂ ਫੋਟੋਆਂ ਖਿੱਚੀਆਂ ਵੀਡੀਓ ਬਣਾਈ ਮੈਂ ਜਦੋਂ ਬਚਾਅ ਵਾਸਤੇ ਰੌਲਾ ਪਾਇਆ ਤਾਂ ਮੈਨੂੰ ਮਾਰਨ ਦੀ ਧਮਕੀ ਦਿੱਤੀ 10-15 ਮਿੰਟ ਤੱਕ ਮੈਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਤੇ ਫੇਰ ਛੱਡ ਦਿੱਤਾ ਮੈਂ ਆਪਣੇ ਹੋਸਟਲ ਦੇ ਵੱਲ ਭੱਜੀ ਤੇ ਪਿਛਲੇ ਪਾਸੇੋਂ ਬਾਈਕ ਦੀ ਆਵਾਜ਼ ਆਉਣ ਲੱਗੀ ਡਰ ਦੇ ਮਾਰੇ ਮੈਂ ਇੱਕ ਪ੍ਰੋਫੈਸਰ ਦੇ ਕਮਰੇ ਦੇ ਵਿੱਚ ਖੁੱਸ ਗਈ ਜਾਂ ਉਹਨੇ ਘਰ ਦੇ ਵੱਲ ਚਲੀ ਗਈ ਤੇ ਉੱਥੇ 20 ਮਿੰਟ ਤੱਕ ਰੁਕੀ ਤੇ ਪ੍ਰੋਫੈਸਰ ਨੂੰ ਆਵਾਜ਼ ਦਿੱਤੀ ਪ੍ਰੋਫੈਸਰ ਨੇ ਮੈਨੂੰ ਗੇਟ ਤੱਕ ਛੱਡਿਆ ਉਸ ਤੋਂ ਬਾਅਦ ਪਾਰਲੀਮੈਂਟ ਸਿਕਿਉਰਿਟੀ ਕਮੇਟੀ ਦੇ ਰਾਹੁਲ ਰਾਠੌਰ ਮੈਨੂੰ IIT BHU ਪੈਟਰੋਲਿੰਗ ਗਾਰਡ ਦੇ ਕੋਲ ਲੈ ਕੇ ਪਹੁੰਚੇ ਜਿੱਥੇ ਮੈਂ ਆਪਣੇ ਹੋਸਟਲ ਤੱਕ ਸੁਰੱਖਿਅਤ ਆ ਸਕੀ ਤਿੰਨੇ ਮਲਜ਼ਮਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਕਾਰਵਾਈ ਹੋਣੀ ਚਾਹੀਦੀ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸਕੂਲਾਂ ਕਾਲਜਾਂ ਦੇ ਵਿੱਚ ਸਾਰਿਆਂ ਦੇ ਵਿੱਚ ਇੱਕੋ ਜਿਹੀ ਸਥਿਤੀ ਨਹੀਂ ਹੈ ਕਈ ਥਾਵਾਂ ਦੇ ਉੱਤੇ ਸਥਿਤੀ ਬਰਤਰਾ ਕਈ ਥਾਵਾਂ ਦੇ ਉੱਤੇ ਠੀਕ ਵੀ ਹੈ ਪਰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਵਿਦਿਆਰਥਣਾਂ ਦੇ ਨਾਲ ਇਸ ਤਰੀਕੇ ਦੀਆਂ ਜ਼ਿਆਰਤੀਆਂ ਦੀਆਂ ਖਬਰਾਂ ਆਉਂਦੀਆਂ ਇਹ ਹੁਣ ਪੁਲਿਸ ਦੀ ਪੜਤਾਲ ਦਾ ਵਿਸ਼ਾ ਵੀ ਭਾਈ ਉਹ ਬੰਦੇ ਕੌਣ ਸਨ ਇਹਨਾਂ ਬੰਦਿਆਂ ਨੇ ਕਿਉਂ ਜ਼ਿਆਰਤੀ ਕੀਤੀ ਇਹ ਬੰਦੇ ਪਹਿਲਾਂ ਵੀ ਇਸ ਤਰੀਕੇ ਦੀਆਂ ਯਾਤਰੀਆਂ ਕਰਦੇ ਰਹਿੰਦੇ ਆ ਇਹਨਾਂ ਬੰਦਿਆਂ ਦਾ ਅਪਰਾਧਿਕ ਪਿਛੋਕੜ ਕੀ ਹੈ ਇਹਨਾਂ ਬੰਦਿਆਂ ਨੇ ਇਹ ਸਾਰਾ ਕੁਝ ਕਰਕੇ ਉਹਨਾਂ ਨੇ ਵੀਡੀਓ ਕਿਉਂ ਬਣਾਈ ਹੈ ਕਿ ਉਹ ਅੱਗੇ ਵੇਚਣ ਵਾਲੇ ਵੀਡੀਓ ਦਾ ਕੰਮ ਕਰਨ ਵਾਲੇ ਲੋਕ ਹੈ ਇਹ ਹੁਣ ਪੁਲਿਸ ਦੀ ਪੜਤਾਲ ਦਾ ਵਿਸ਼ਾ ਆਲੇ-ਦੋਲੇ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਆ ਜਿਹੜੀ ਉੱਲੱਭੀ ਜਾ ਰਹੀ ਹੈ ਉਹਦੇ ਆਧਾਰ ਦੇ ਉੱਤੇ ਪੁਲਿਸ ਕਹਿੰਦੀ ਕਿ ਅਸੀਂ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਨੀ ਹੈ ਫਿਲਹਾਲ ਅਣਪਛਾਤੇਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਪਰ ਇਸ ਖਬਰ ਨੂੰ ਸਾਂਝੀ ਕਰਨ ਦਾ ਮਨੋਰਥ ਇਹ ਆ ਵੀ ਵੱਖ-ਵੱਖ ਦੇਸ਼ਾਂ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਤੇ ਵੱਖ-ਵ ਵੱਖ-ਵੱਖ ਕਲਾਸਾਂ ਦੇ ਵਿੱਚ ਬੱਚੀਆਂ ਜਿਹੜੀਆਂ ਉਹ ਜਾਂਦੀਆਂ ਪੜ੍ਹਨ ਦੇ ਲਈ ਹੋਸਟਲ ਦੇ ਵਿੱਚ ਵੀ ਰਹਿੰਦੇਗਾ ਪਰ ਉਹਨਾਂ ਦੇ ਵਿੱਚੋਂ ਕੁਝ ਇੱਕ ਦੇ ਨਾਲ ਜ਼ਿਆਰਤੀਆਂ ਵੀ ਹੁੰਦੀਆਂ ਕਈ ਵਾਰ ਉਹ ਜ਼ਿਆਰਤੀਆਂ ਵਿਦਿਆਰਥਣ ਆਪਣੇ ਅੰਦਰੋਂ ਅੰਦਰੀ ਰੱਖ ਲੈਂਦੀਆਂ ਤੇ ਕਈ ਵਾਰ ਉਹਨਾਂ ਨੂੰ ਨਸ਼ਰ ਵੀ ਕਰਦੀਆਂ ਜਦੋਂ ਨਸ਼ਰ ਕਰਦੀਆਂ ਉਦੋਂ ਮੀਡੀਆ ਦੇ ਵਿੱਚ ਪੰਜ-ਛੇ ਦਿਨ ਗੱਲ ਉੱਠਦੀ ਹੈ ਪਰਸ ਤੇ ਪ੍ਰਸ਼ਾਸਨ ਵੀ ਚੌਕਸ ਹੁੰਦਾ ਪਰ ਗੱਲ ਮੁੜ ਘੜ ਕੇ ਉੱਥੇ ਹੀ ਫੇਰ ਆ ਜਾਂਦੀ ਹੈ ਹੁਣ ਦੇਖਦੇ ਕਿ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਕਿ ਇਹ ਵੀਡੀਓ ਬਣਾਈ ਹੈ ਜਿਨ੍ਹਾਂ ਨੇ ਕਿ ਕੁੜੀ ਦੇ ਨਾਲ ਧੱਕਾ ਕੀਤਾ ਜਿਨ੍ਹਾਂ ਨੇ ਕੁੜੀ ਨਾਲ ਜ਼ਿਆਦਤੀ ਕੀਤੀ ਹੈ ਇਹ ਕਦੋਂ ਲੱਭਦੇ ਆ ਇਹ ਕਿਹਦੇ ਨਾਲ ਸੰਬੰਧਤ ਹੈ ਪਰ ਰਾਜਨੀਤਿਕ ਲੋਕਾਂ ਨੇ ਕੜੀ ਖੋਲਣੀ ਹੁੰਦੀ ਹੈ ਉਹਨਾਂ ਨੇ ਸਿਖਰ ਦੇ ਉੱਤੇ ਕੜੀ ਖੋਲਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜੋ ਮੂੰਹ ਦੇ ਵਿੱਚ ਆਉਂਦਾ ਇੱਕ ਦੂਜੇ ਦੇ ਖਿਲਾਫ ਕਹਿਣਾ ਸ਼ੁਰੂ ਕਰ ਦਿੱਤਾ ਅਸੀਂ ਅੱਗੇ ਵੀ ਗੱਲ ਕਹਿਣੇ ਹੁੰਨੇ ਆ ਰਾਜਨੀਤਿਕ ਲੋਕਾਂ ਦੇ ਲਈ ਇਹ ਇੱਕ ਮੁੱਦਾ ਕਿਸੇ ਦੇ ਲਈ ਇਹ ਜ਼ਿੰਦਗੀ ਦਾ ਸਵਾਲ ਹੋ ਸਕਦਾ ਰਾਜਨੀਤਿਕ ਲੋਕਾਂ ਦੇ ਲਈ ਇਹ ਸਿਰਫ ਤੇ ਸਿਰਫ ਇੱਕ ਇਸ਼ੂ ਆ ਕਿਸੇ ਦੇ ਲਈ ਇਹ ਜ਼ਿੰਦਗੀ ਤੇ ਮੌਤ ਦੀ ਗੱਲ ਹੋ ਸਕਦੀ ਹੈ ਰਾਜਨੀਤਿਕ ਲੋਕਾਂ ਦੇ ਲਈ ਚਾਰ ਦਿਨ ਦੀਆਂ ਖਬਰਾਂ ਹੋ ਸਕਦੀਆਂ ਕਿਸੇ ਦੇ ਲਈ ਇਹ ਉਹਦੀ ਉਮਰ ਭਰ ਦੀ ਇੱਜ਼ਤ ਤੇ ਉਮਰ ਭਰ ਦਾ ਸਨਮਾਨ ਹੋ ਸਕਦਾ ਤੇ ਇਹ ਸਨਮਾਨ ਦਾ ਖਿਆਲ ਸਭ ਨੂੰ ਰੱਖਣਾ ਚਾਹੀਦਾ ਕਈ ਵਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਾਲ ਸਬੰਧਤ ਇਹੋ ਜਿਹੀਆਂ ਖਬਰਾਂ ਆਉਂਦੀਆਂ ਕਿ ਬੰਦਾ ਭਾਵੁਕ ਹੋ ਜਾਂਦਾ ਕੁਝ ਕਿਦਾਂ ਪਹਿਲਾਂ ਦੀ ਗੱਲ ਹੈ ਜਦੋਂ ਕਿ ਭੈਣ ਭਰਾ ਜਿਹੜੇ ਕਿ ਵਿਛੜ ਗਏ ਸੀ 76 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਦੇ ਲਈ ਗਏ ਤੇ ਉੱਥੇ ਮਿਲੇ ਤੇ ਹੁਣ ਦੋ ਦੋਸਤਾਂ ਦੀ ਖਬਰ ਆਈ ਹੈ 76 ਸਾਲਾਂ ਬਾਅਦ ਦੋ ਦੋਸਤ ਮਿਲੇ ਆ ਕਰਤਾਰਪੁਰ ਸਾਹਿਬ ਜਦੋਂ ਗਏ ਮੱਥਾ ਟੇਕਣ ਗਏ ਗੰਨ ਲਾ ਕੇ ਰੋਏ ਦੋਵਾਂ ਦੀਆਂ ਅੱਖਾਂ ਗਿੱਲੀਆਂ ਦੋਵਾਂ ਨੇ ਇੱਕ ਦੂਜੇ ਨੂੰ ਸ਼ਾਲ ਦੇ ਕੇ ਸਨਮਾਨਤ ਵੀ ਕੀਤਾ ਤੁਸੀਂ ਦੇਖੋ ਵੀ 76 ਸਾਲ ਪੁਰਾਣੀ ਦੋਸਤੀ ਤੇ ਜੇਕਰ 76 ਸਾਲ ਬਾਅਦ ਮਿਲੇ ਆ ਤੇ ਦੋਵਾਂ ਦੀ ਉਮਰ ਆ ਜਿਹੜੀ ਉਹ 85-85 ਸਾਲ ਜਾਂ 90-90 ਸਾਲ ਦੀ ਹੋਊਗੀ ਕਿਉਂਕਿ ਫੇਰ ਹੀ ਦੋਸਤ ਚੇਤੇ ਰਹਿੰਦੇ ਜੇਕਰ 8-10 ਸਾਲ ਦੀ ਉਮਰ ਹੋਵੇ ਤੁਹਾਨੂੰ ਸਾਨੂੰ ਵੀ ਉਹੀ ਦੋਸਤ ਚਿੱਤੇ ਜਿਹੜੇ ਕਿ 8-10 ਸਾਲ ਦੀ ਉਮਰ ਦੇ ਵਿੱਚ ਬਣੇ ਸੀਗੇ ਇਹ ਤਾਂ ਬੰਦੇ ਦੇ ਚਿੱਤੇ ਦੇ ਵਿੱਚੋਂ ਕਈ ਗੱਲਾਂ ਵਿਸਰ ਜਾਂਦੀਆਂ ਘਿਰ ਜਾਂਦੀਆਂ ਤੇ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਮਾਹੌਲ ਕਿਹੋ ਜਿਹਾ ਹੋਗਾ ਭਾਵਕਤਾ ਵਾਲਾ ਕਿਹੋ ਜਿਹਾ ਮਾਹੌਲ ਬਣਿਆ ਹੋਗਾ ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਮੇਰਵਾ ਤੇ ਫਿਰ ਕਰਾਂਗੇ ਟਿੱਪਣੀ ਪਾਕਿਸਤਾਨ ਭਾਰਤ ਦੇ ਵਿੱਚ ਸਮਝੌਤੇ ਦੇ ਬਾਅਦ ਬਣਾਇਆ ਗਿਆ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਹੁਣ ਵਿਛੜੀਆਂ ਯਾਦਾਂ ਨੂੰ ਮਿਲਾਉਣ ਦਾ ਕੰਮ ਕਰ ਰਿਹਾ ਕਈ ਭੈਣ ਭਰਾ ਤੇ ਰਿਸ਼ਤੇਦਾਰਾਂ ਨੂੰ ਮਿਲਾਉਣ ਵਾਲੇ ਇਸ ਕਰਤਾਰਪੁਰ ਕੋਰੀਡੋਰ ਦੇ ਵਿੱਚ ਵਿਛੜੇ ਦੋਸਤ ਵੀ ਮਿਲ ਰਹੇ ਨੇ 76 ਸਾਲ ਬਾਅਦ ਭਾਰਤ ਦੇ ਦਵਿੰਦਰ ਸਿੰਘ ਵੰਡ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਾ ਵਸੀ ਹਾਕਮ ਅਲੀ ਨੂੰ ਮਿਲੇ ਨੇ ਦੋਵੇਂ ਇੱਕ ਦੂਜੇ ਨੂੰ ਗੱਲ ਲਾ ਕੇ ਰੋਏ ਨੇ ਤੇ ਦੋਵਾਂ ਨੇ ਪੁਰਾਣੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਭਾਰਤ ਦੇ ਦਵਿੰਦਰ ਸਿੰਘ ਨੇ ਵੰਡ ਦੇ ਸਮੇਂ ਗਵਾ ਚੁੱਕੇ ਆਪਣੇ ਦੋਸਤ ਹਾਕਮ ਅਲੀ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮੁਲਾਕਾਤ ਕੀਤੀ ਕਰਤਾਰਪੁਰ ਕੋਰੀਡੋਰ ਦੇ ਮਾਮਲੇ ਦੇ ਪ੍ਰਬੰਧਨ ਦੇ ਲਈ ਸਥਾਪਿਤ ਪਾਕਿਸਤਾਨ ਸਰਕਾਰ ਦੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀਈਓ ਮੁਹੰਮਦ ਅਬੂ ਬਕਰ ਆਫਤਾਬ ਕੁਰੀਸ਼ੀ ਨੇ ਕੀਤਾ ਤਰਤਾਰਪੁਰ ਸਹਿਬ ਸਰਹੱਦਾਂ ਦੇ ਆਰ ਪਾਰ ਵੰਡੇ ਜਾ ਚੁੱਕੇ ਲੋਕਾਂ ਨੂੰ ਮਲਾਉਣ ਦੇ ਵਿੱਚ ਕਾਰਗਰ ਸਾਬਤ ਹੋਇਆ ਦਵਿੰਦਰ ਸਿੰਘ ਜਲੰਧਰ ਦੇ ਪਿੰਡ ਬੜੀ ਆਨੰਦ ਨਾਲ ਸਮਨਤ ਨੇ ਜਦਕਿ ਹਾਕਮ ਪਾਕਿਸਤਾਨ ਦੇ ਫੈਸਲਾਬਾਦ ਦੇ ਵਾਸੀ ਨੇ ਦੋਵਾਂ ਦੀ ਉਮਰ ਹੁਣ ਤਕਰੀਬਨ 95-95 ਸਾਲ ਹੈ 1947 ਦੇ ਵਿੱਚ ਵੰਡ ਤੋਂ ਪਹਿਲਾਂ ਦੋਵੇਂ ਇੱਕ ਦੂਜੇ ਦੇ ਗੁਆਂਢੀ ਸਨ ਤੇ ਜਿਗਰੀ ਦੋਸਤ ਵੀ ਸਨ 76 ਸਾਲ ਬਾਅਦ ਕੋਈ ਮੁਲਾਕਾਤ ਦੇ ਵਿੱਚ ਦਵਿੰਦਰ ਸਿੰਘ ਤੇ ਹਾਕਮ ਨੂੰ ਬਚਪਨ ਦੇ ਵਿੱਚ ਪਛਾਣ ਦਿੱਤਾ ਗਿਆ ਦੋਵਾਂ ਨੇ ਬਚਪਨ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਤਾਜ਼ਾ ਕੀਤੀਆਂ ਬਚਪਨ ਦੀਆਂ ਲੜਾਈਆਂ ਨੂੰ ਵਿੱਚ ਇੱਤੇ ਕੀਤਾ ਤੇ ਹੋਰ ਵੀ ਕਈ ਗੱਲਾਂ ਬਾਤਾਂ ਕੀਤੀਆਂ ਤੇ ਦੋਵਾਂ ਨੇ ਇੱਕ ਦੂਜੇ ਨੂੰ ਗੱਲ ਨਾਲ ਲਾਇਆ ਸ਼ੌਲ ਭੇਟ ਕੀਤੇ ਪਰਿਵਾਰ ਇੱਕ ਦੂਜੇ ਨੂੰ ਮਿਲੇ ਤੇ ਦੋਵਾਂ ਨੂੰ ਯਾਦਗਾਰ ਦੇ ਤੌਰ ਤੇ ਉਤੇ ਤੋਹਫੇ ਵੀ ਦਿੱਤੇ ਗਏ ਦੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਦੋਵਾਂ ਦਾ ਮੁਲਾਕਾਤ ਹੋਈ ਹੈ ਬਹੁਤ ਚੰਗੀ ਗੱਲ ਹੈ ਦੋਸਤੀਆਂ ਐਵੇਂ ਸਲਾਮਤ ਰਹਿਣ ਤੇ ਵਿਛੜੇ ਦੋਸਤ ਐਵੇਂ ਮਿਲਦੇ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਇਹ ਗੱਲ ਸੱਚੀ ਆ ਕਿ ਪਾਕਿਸਤਾਨ ਦੇ ਵਿੱਚ ਵਸਦੇ ਕੁਝ ਯੂਟਿਊਬਰਾਂ ਨੇ ਵੀ ਬਹੁਤ ਸੋਹਣੀ ਭੂਮਿਕਾ ਨਿਭਾਈ ਆ ਜੋ ਪਿਛਲੇ ਰਣੀ ਭੈਣ ਭਰਾ ਦੀ ਮੁਲਾਕਾਤ 76 ਵਰਿਆਂ ਬਾਅਦ ਹੋਈ ਸੀ ਇਸੇ ਲੰਘੇ ਦੇ ਉੱਤੇ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਵੀ ਇੱਕ ਯੂਟਿਊਬਰ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਵਸਦੇ ਇੱਕ ਬਜ਼ੁਰਗ ਦੀ ਕਹਾਣੀ ਪੇਸ਼ ਕੀਤੀ ਗਈ ਉਹਨੇ ਦੱਸਿਆ ਜੀ ਕਿ ਭਾਰਤ ਵਾਲੇ ਪਾਸੇ ਚੜ੍ਹਦੇ ਪੰਜਾਬ ਦੇ ਵਿੱਚ ਮੇਰੇ ਕਿਵੇਂ ਆਪਣੇ ਰਹਿ ਗਏ ਉਸ ਤੋਂ ਬਾਅਦ ਇਹ ਸੰਪਰਕ ਆਪਸ ਦੇ ਵਿੱਚ ਕਰਵਾਇਆ ਗਿਆ ਕੁਝ ਲੋਕਾਂ ਦੇ ਵੱਲੋਂ ਤੇ ਭੈਣ ਭਰਾ ਮਿਲੇ ਹੁਣ ਦੋਵੇਂ ਦੋਸਤ ਮਿਲੇ ਇਸ ਤੋਂ ਪਹਿਲਾਂ ਕਈ ਹੋਰ ਆਪਣੇ ਜਿਹੜੇ ਕਿ ਇੱਕ ਦੂਜੇ ਨੂੰ ਗਵਾ ਬੈਠੇ ਸੀਗੇ ਉਹ ਮਿਲੇ ਸੋ ਇਹ ਇੱਕ ਚੰਗੀ ਗੱਲ ਆ ਇਹ ਦੋਸਤੀਆਂ ਇਹ ਸਾਂਝਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਜਿਹੜੀਆਂ ਕਿ ਸਮੇਂ-ਸਮੇਂ ਦੇ ਉੱਤੇ ਹੁਣ ਸਾਹਮਣੇ ਆਉਣ ਲੱਗੀਆਂ ਸੋ ਗੱਲ ਇਹ ਆ ਕਿ ਇਹੋ ਜੀ ਖਬਰ ਪੜ ਕੇ ਮਨ ਨੂੰ ਚੰਗਾ ਲੱਗਦਾ ਕਿ ਚਲੋ ਆ ਪੋਜ਼ਿਟਿਵ ਖਬਰਾਂ ਇਹ ਹਾ ਪੱਖੀ ਖਬਰਾਂ ਵੀ ਆਉਂਦੀਆਂ ਜਦੋਂ ਚਾਰੇ ਪਾਸੇ ਨੈਗੇਟਿਵ ਖਬਰਾਂ ਦੀ ਭਾਰ ਆ ਉਦੋਂ ਵਿਛੜਿਆ ਨੂੰ ਮਿਲੌਣ ਦੀ ਗੱਲ ਕਰਦੀਆਂ ਖਬਰਾਂ ਨੇ ਜਿਹੜੀਆਂ ਉਹ ਮਨ ਨੂੰ ਸਕੂਨ ਦਿੰਦੀਆਂ ਸੋ ਅਸੀਂ ਤਾਂ ਹਾਕਮ ਅਲੀ ਦੀ ਵੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਆ ਤੇ ਉਹਨੇ ਦੋਸਤ ਦੀ ਵੀ ਚੜ੍ਹਦੀ ਕਲਾ ਤੇ ਜਿਹੜੇ ਇਸ ਤੋਂ ਪਹਿਲਾਂ ਵਿਛੜੇ ਹੋਏ ਆ ਉਹ ਵੀ ਆਪਸ ਦੇ ਵਿੱਚ ਮਿਲ ਜਾਣ ਤੇ ਆਪਸ ਦੇ ਵਿੱਚ ਯੂਟਿਊਬਰ ਨੇ ਜਿਹੜੇ ਉਹ ਦੋਵਾਂ ਜਣਿਆਂ ਨੂੰ ਦੋਵਾਂ ਧਿਰਾਂ ਨੂੰ ਮਿਲਾਉਣ ਦੇ ਵਿੱਚ ਵੱਡਾ ਰੋਲ ਅਦਾ ਕਰਨ ਇਹਦੀ ਕਾਮਨਾ ਕਰਦੇ ਆ ਬਾਕੀ ਜਿਵੇਂ ਜਿਵੇਂ ਜੋ-ਜੋ ਜਾਣਕਾਰੀ ਆਈ ਉਹ ਅਸੀਂ ਆਪਣੇ ਪਰਿਵਾਰਕ ਬੇਵਰਾਂ ਨਾਲ ਸਾਂਝੀ ਕਰਦੇ ਰਹਾਂਗੇ ਤੇ ਜਾਂਦੇ ਜਾਂਦੇ ਇੱਕ ਬੇਨਤੀ ਦੇ ਰੂਪ ਦੇ ਵਿੱਚ ਸਵਾਲ ਕਰਨਾ ਬਣਦਾ ਕਿ ਤੁਹਾਡੇ ਵਾਲੇ ਪਾਸੇ ਪ੍ਰਾਣੀ ਨੂੰ ਅੱਗ ਕਿੰਨੀ ਕੁ ਲੱਗ ਰਹੀ ਹੈ ਤੇ ਪ੍ਰਾਣੀ ਨੂੰ ਅੱਗ ਲਾਉਣੀ ਕਿੰਨੀ ਕੁ ਵਾਜਬ ਜਾਂ ਗੈਰਵਾਜਬ ਮੰਨਦੇ ਹੋ ਇਹ ਆਪਣੀਆਂ ਟਿੱਪਣੀਆਂ ਦੇ ਰੂਪ ਦੇ ਵਿੱਚ ਜਰੂਰ ਦੱਸਿਓ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੌਜੂਦ ਹੋਵਾਂਗੇ ਉਦੋਂ ਤਕਲੀ ਆ ਗਿਆ ਦਿਓ ਬਹੁਤ ਬਹੁਤ ਧੰਨਵਾਦ